ਪਹਿਲਾਂ ਅਜਾਮਲ ਦੀ ਸਾਖੀ ਦੱਸਦੇ ਹਨ ਕਿ ਅਜਾਮਲ ਉਧਰਿਆ ਕਾ ਇੱਕ ਵਾਰ ਭਾਈ ਗੁਰਦਾਸ ਜੀ ਨੇ ਭਗਤਾਂ ਦੀ ਜ਼ਿਕਰ ਕਰਦਿਆਂ ਹੋਇਆਂ ਦਸਵੀਂ ਜਿਹੜੀ ਵਾਰ ਹੈ ਉਹਦੇ 'ਚ ਭਗਤਾਂ ਦਾ ਜੋ ਕੋਈ ਭਗਤ ਹੋਏ ਹੈ ਉਹਨਾਂ ਜ਼ਿਕਰ ਕੀਤਾ ਹੈ। ਉੱਥੇ ਉਹਨਾਂ ਨੇ ਇਹ ਅਜਾਮਲ ਦੀ ਬਾਬਤ ਲਿਖਿਆ ਹੈ, ਪਥ ਅਜਾਮਲ ਹੋਏ ਕੇ ਜਾਏ ਕਲਾਵਤਨੀ ਦੇ ਰਹਿਆ, ਗੁਰ ਤੇ ਬੇਮੁਖ ਹੋਏ ਕੇ ਪਾਪ ਕਮਾਵੇ ਦੁਰਮਤ ਦਹਿਆ, ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ, ਪੁੱਤਰ ਪੰਨਾ ਸਤਵਾਂ ਨਾਂ ਧਰਮ ਨੂੰ ਚਿੱਤੋਂ ਮਹਿਆ, ਗੁਰਮੁਖ ਗੁਰੂ ਦੁਆਰੇ ਜਾਏ ਕੇ ਗੁਰਮੁਖ ਨਾਮ ਨਾਰਾਇਣ ਕਹਿਆ, ਨਾਮ ਲਿਆ ਦੁੱਖ ਡੇਰਾ ਟਹਿਆ। ਇਹ ਅਜਾਮਲ ਦੇ ਜ਼ਿਕਰ ਨੂੰ ਥੋੜ੍ਹੀਆਂ ਤੁਕਾਂ ਵਿੱਚ ਕੀਤਾ ਹੈ। ਅਜਾਮਲ ਜਿਹੜਾ ਸੀ, ਅਜਾ ਨਾਂ ਵੇਸਵਾ ਦਾ ਹੈ, ਮੇਲ ਨਾਂ ਮੱਲਣ ਦਾ ਹੈ। ਸੰਸਕ੍ਰਿਤ ਦੇ ਪੁਸਤਕਾਂ ਵਿੱਚ ਦੇਸ਼ ਭਾਸ਼ਾ ਦੇ ਅਜਾ ਮੇਲ ਲਿਖਿਆ ਹੈ, ਪਰ ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਅਜਾ ਮੱਲ ਹੀ ਕਿਹਾ ਹੈ। ਅਜਾ ਵੇਸਵਾ ਨੂੰ ਜਿਹੜਾ ਮੱਲ ਕੇ ਬੈਠਣ ਵਾਲਾ ਪੰਡਿਤ ਸੀ, ਇੱਕ ਬੜਾ ਭਾਰੀ, ਉਹਦੇ ਆਪਦੇ ਪੁੱਤਰ ਨੂੰ ਉਸਨੇ ਵਿੱਦਿਆ ਪੜ੍ਹਾਈ। ਇਹ ਵਿੱਦਿਆ ਪੜ੍ਹਨੇ ਕਰਕੇ ਜਿਸ ਵੇਲੇ ਵਿੱਦਿਆ ਇਸਨੇ ਪੜ੍ਹੀ, ਇਹਨੇ ਆਪਣੇ ਜਿਸ ਬਜ਼ੁਰਗ ਦੇ ਪਾਸੋਂ ਵਿੱਦਿਆ ਪੜ੍ਹੀ ਸੀ, ਉਹਨਾਂ ਨੇ ਸਿੱਖਿਆ ਦਿੱਤੀ ਕਿ ਰਸਤੇ ਵਿੱਚ ਬੇਸਵਾ ਦਾ ਬਾਜ਼ਾਰ ਹੈ, ਜਦੋਂ ਪੜ੍ਹ ਕੇ ਜਾਓ ਬੇਸਵਾ ਦੇ ਬਾਜ਼ਾਰ ਥਾਣੀ ਨਹੀਂ ਲੰਘਣਾ। ਇਸ ਪ੍ਰਕਾਰ ਸੁਣ ਕਰਕੇ ਇਹ ਜਿੰਨੇ ਵਿਦਿਆਰਥੀ ਸੀ ਸਾਰੇ ਬੇਸਵਾ ਦੇ ਬਾਜ਼ਾਰ ਤੋਂ ਸਕੋਚ ਕੇ ਆਪੋ ਆਪਣੇ ਥਾਵਾਂ ਜਾਇਆ ਕਰਦੇ। ਪਰ ਜਦੋਂ ਇਹਦਾ ਪਿਤਾ ਅਜਾਮਲ ਦਾ ਗੁਜ਼ਰ ਗਿਆ, ਉਸ ਵੇਲੇ ਰਾਜ ਪੰਡਿਤ ਬਣ ਗਿਆ। ਰਾਜ ਪੰਡਿਤ ਬਣ ਕੇ ਰਾਜੇ ਦੀ ਸਭਾ 'ਚ ਕਥਾ ਕਰਿਆ ਕਰੇ, ਰਾਜਾ ਬੜਾ ਖੁਸ਼ ਹੋਣ ਲੱਗਾ। ਇੱਕ ਦਿਨ ਦੀ ਗੱਲ ਹੈ, ਇਹ ਕਹਿੰਦਾ ਵੀ ਮੈਨੂੰ ਉਹ ਜਿਹੜਾ ਮੇਰਾ ਉਸਤਾਦ ਸੀ ਉਹ ਰੋਕਦਾ ਸੀ, ਇਹ ਬੇਸਵਾ ਦੇ ਮਹੱਲੇ ਵੱਲ ਨਾ ਜਾਇਆ ਕਰ, ਕੀ ਦੁੱਖ ਹੈ, ਮੈਨੂੰ ਕੀ ਕਲੇਸ਼ ਹੋਊ ਭਲਾ ਮੈਂ ਜਾਵਾਂ ਉੱਧਰ। ਵਿੱਦਿਆ ਦੇ ਮਾਣ ਵਿੱਚ ਉੱਧਰ ਦੀ ਲੰਘਿਆ, ਜਦੋਂ ਬੇਸਵਾ ਦੇ ਰੂਪ ਨੂੰ ਵੇਖਿਆ ਚਿੱਤ ਮੋਹਿਤ ਹੋ ਗਿਆ। ਫਿਰ ਉਹ ਹੀ ਬੇਸਵਾ, ਦੂਜੀ ਗੱਲ ਇਹਦੇ ਪਿਓ ਨੂੰ ਕਹੀ ਸੀ ਕਿ ਪੁੱਤਰ ਜਦੋਂ ਕਥਾ ਕਰ ਹਟੇ ਰਾਜਿਆਂ ਦੇ ਕਈ ਖਿਆਲ ਹੁੰਦੇ ਹੈ, ਉਸ ਵੇਲੇ ਸਭਾ 'ਚ ਨਹੀਂ ਬੈਠਣਾ, ਉੱਠ ਆਇਆ ਕਰ। ਇਹ ਗੱਲ ਸੁਣ ਕੇ ਵੀ ਜਿਹੜੇ ਦਿਲ 'ਚ ਖਿਆਲ ਰਹਿੰਦਾ, ਇੱਕ ਦਿਨ ਇਹ ਕਥਾ ਦਾ ਜੇ ਭੋਗ ਨਹੀਂ ਸੀ ਪਾਇਆ, ਬੇਸਵਾ ਗਾਉਣ ਵਜਾਉਣ ਵਾਸਤੇ ਆਪਣੇ ਤੋਹਫ਼ੇ ਨੂੰ ਲੈ ਕੇ ਰਾਜੇ ਦੇ ਜਦੋਂ ਕਚਹਿਰੀ 'ਚ ਆ ਗਈ, ਉਸ ਵੇਲੇ ਇਹਦਾ ਵੀ ਚਿੱਤ ਪੰਡਿਤ ਦਾ ਵੀ ਪਰਚ ਗਿਆ, ਵੇਖਣ ਲੱਗ ਗਿਆ, ਉਹਦਾ ਨਾਚ ਨੂਚ ਵੇਖਿਆ, ਗਾਉਣਾ ਸੁਣਿਆ। ਉਸ ਬੇਸਵਾ ਦਾ ਵੀ ਚਿੱਤ ਮੋਹਿਤ ਹੋ ਗਿਆ ਰਾਜ ਪੰਡਿਤ ਜਾਣ ਕੇ। ਉਸ ਵੇਲੇ ਰਾਜੇ ਨੇ ਭ੍ਰਿਸ਼ਟ ਹੋਇਆ ਜਾਣ ਕੇ ਇਸ ਨੂੰ ਆਪਦੇ ਰਾਜ ਪੰਡਿਤ ਤੋਂ ਖਾਰਜ ਕਰਤਾ, ਕੱਢ ਦਿੱਤਾ। ਜਿਸ ਵੇਲੇ ਕੱਢ ਦਿੱਤਾ, ਫਿਰ ਇਹ ਜਾ ਕੇ ਉਸੇ ਕਲੌਤਣੀ ਜਿਹੜੀ ਗਵਾਈਆਂ ਸੀ ਉਹਦੇ ਹੀ ਜਾ ਰਿਹਾ। ਉਹਨਾਂ ਨੇ ਇਹਨੂੰ ਪਿੰਡ 'ਚੋਂ ਬਾਹਰ ਕੱਢਤਾ, ਬਾਹਰ ਝੁੱਗੀ ਬਣਾ ਕੇ ਬਹਿਣ ਲੱਗ ਗਏ। ਇਸ ਤਰ੍ਹਾਂ ਰਹਿੰਦਿਆਂ ਸਾਧ ਸੰਗਤ ਜੀ, ਉਸ ਬੇਸਵਾ ਦੀ ਸੰਗਤ ਕਰਕੇ ਛੇ ਪੁੱਤ ਜਾਏ ਬੇਸਵਾ ਪਾਪਾਂ ਦੇ ਫਲ ਇੱਛੇ ਲਹਿਆ। ਛੇ ਪੁੱਤਰ ਬੇਸਵਾ ਤੋਂ ਪੈਦਾ ਹੋਏ ਅਜਾਮਲ ਦੇ, ਪਾਪਾਂ ਦੀ ਜਿਹੜੀ ਇੱਛਾ ਸੀ ਉਹ ਫਲ ਇਹਨੂੰ ਮਿਲਿਆ। ਫਿਰ ਜਦੋਂ ਬਿਰਧ ਹੋ ਗਿਆ, ਇੱਕ ਦਿਨ ਸੰਤ ਉੱਥੇ ਸੁੱਤੇ ਹੀ ਬਣ 'ਚ ਆ ਗਏ ਅਤੇ ਝੁੱਗੀ ਪਾਈ ਹੈ ਬਣ 'ਚ, ਮਹਾਤਮਾ ਦੇ ਦਰਸ਼ਨ ਕੀਤੇ, ਇਹ ਨਮਸਕਾਰ ਕੀਤੀ, ਨਮਸਕਾਰ ਕਰਕੇ ਪਾਸ ਬੈਠ ਗਿਆ। ਪੁੱਛਿਆ ਕਿ ਤੂੰ ਭਾਈ ਕੀ ਕੰਮ ਕਰਦਾ? ਫਿਰ ਸੱਚੀ ਗੱਲ ਦੱਸਦੀ, ਮੈਂ ਤਾਂ ਬੇਸਵਾ ਗਾਮੀ ਹੈ ਅਤੇ ਮਹਾਰਾਜ ਮੈਂ ਜਾਨਵਰ ਮਾਰ ਮਾਰ ਕੇ, ਚਿੜੀਆਂ ਮਾਰ ਮਾਰ ਕੇ ਹਜੇ ਰੋਜ਼ ਗੁਜ਼ਾਰਾ ਕਰਦਾ, ਮੇਰੀ ਇਹ ਹਾਲਤ ਹੈ। ਸੰਤਾਂ ਨੇ ਕਿਹਾ ਤੂੰ ਪੜ੍ਹਿਆ ਵੀ ਹੈ? ਉਸ ਨੇ ਕਿਹਾ ਮਹਾਰਾਜ ਮੈਂ ਵੇਦ ਦੇ ਅੰਗ ਸਿੱਖਿਆ, ਕਲਪ, ਨਿਰੁਕਤ, ਜੋਤਿਸ, ਪਿੰਗਲ, ਵਿਆਕਰਨ, ਇਹ ਛੇ ਅੰਗ ਹੀ ਮੈਂ ਵੇਦ ਦੇ ਪੜ੍ਹਿਆ ਹੋਇਆ। ਸੁਣ ਕੇ ਹੈਰਾਨ ਹੋ ਗਏ ਸੰਤ, ਕਹਿੰਦੇ ਇੰਨਾ ਵਿਦਵਾਨ ਹੋ ਕੇ ਫਿਰ ਤੂੰ ਕਿਸ ਪਾਪਾਂ 'ਚ ਪੈ ਗਿਆ? ਹੁਣ ਤੈਨੂੰ ਜਿਹੜਾ ਵਿਦਾਨ ਦਾ ਕੋਈ ਉਪਦੇਸ਼ ਦੇਣਾ ਹੈ ਇਹ ਤੇਰਾ ਉਧਾਰ ਨਹੀਂ ਕਰ ਸਕੇਗਾ, ਤੂੰ ਉਹ ਸਾਰੇ ਗਿਆਨ ਨੂੰ ਜਾਣਦਾ, ਤੂੰ ਐਂ ਕਰ ਫੇ ਹੁਣ ਜਦੋਂ ਤੇਰਾ ਪੁੱਤਰ ਪੈਦਾ ਹੋਵੇ ਉਸ ਵੇਲੇ ਉਹਦਾ ਨਾਮ ਨਾਰਾਇਣ ਰੱਖੀ ਅਤੇ ਉਸ ਬੱਚੇ ਦੇ ਬਹਾਨੇ ਤੂੰ ਮਹਾਰਾਜ ਦਾ ਨਾਮ ਚੇਤੇ ਕਰਿਆ ਕਰੀ। ਇਹ ਮਹਾਤਮਾ ਨੂੰ ਉਪਦੇਸ਼ ਦੇ ਦਿੱਤਾ, ਉਸ ਉਪਦੇਸ਼ ਨੂੰ ਲੈ ਕੇ ਇਹ ਜਦੋਂ ਸੱਤਵਾਂ ਪੁੱਤਰ ਪੈਦਾ ਹੋਇਆ, ਭਾਈ ਗੁਰਦਾਸ ਜੀ ਕਹਿੰਦੇ ਹੈ ਉਸ ਵੇਲੇ ਮਹਾਂਪੁਰਖਾਂ ਦੁਆਰਾ, ਭਾਈ ਸਾਹਿਬ ਗੁਰਮਤ ਦੁਆਰਾ ਦੱਸਿਆ ਨਾ ਗੁਰਮੁਖ ਨਾਮ ਨਾਰਾਇਣ ਕਹਿਆ, ਜਿਵੇਂ ਗੁਰਦੁਆਰੇ ਆ ਕੇ ਨਾਮ ਰੱਖੀਦਾ ਨਾ ਬੱਚੇ ਦਾ ਮਹਾਰਾਜ ਦੇ ਨਾਮ ਤੋਂ, ਜਿਉਂ ਗੁਰਮੁਖਾਂ ਨੇ ਉਹਨਾਂ ਸੰਤਾਂ ਨੇ ਕਹਿਤਾ ਕਿ ਨਾਰਾਇਣ ਦਾ ਨਾਮ ਰੱਖੀ। ਇਹ ਨਾਮ ਨਾਰਾਇਣ ਦਾ ਰੱਖ ਕਰਕੇ ਪੁੱਤਰ ਨੂੰ ਪਾਲਦਾ ਰਿਹਾ। ਅਖੀਰ ਸਾਧ ਸੰਗਤ ਜੀ ਅੰਤ ਦਾ ਸਮਾਂ ਜਦੋਂ ਆ ਗਿਆ
ਉਸ ਅੰਤ ਦੇ ਸਮੇਂ ਵੇਲੇ ਜਮਾਂ ਨੇ ਇੰਨਾ ਡਰਾਇਆ, ਇਸ ਦੇ ਸਾਧ ਸੰਗਤ ਜੀ ਸਭ ਸਾਨ ਮਾਰੇ ਗਏ, ਚੇਤਾ ਹੀ ਭੁੱਲ ਗਿਆ, ਹੋਸ਼ਾਂ ਹੀ ਭੁੱਲ ਗਈਆਂ। ਉਸ ਵੇਲੇ ਭੈ ਦੇ ਵਿੱਚ ਡਰਦੇ ਹੋਏ ਨੇ, ਸਿੱਧਾ ਨਾਮ ਨਹੀਂ ਪਰਮੇਸ਼ੁਰ ਦਾ ਲਿਆ, ਪੁੱਤਰ ਦਾ ਵਾਸਤਾ ਪਾ ਕੇ ਮਹਾਰਾਜ ਦੇ ਨਾਮ ਨੂੰ ਨਾਰਾਇਣ ਕਰਕੇ ਉਚਾਰਿਆ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਪੁੱਤਰ ਹੇਤ ਨਾਰਾਇਣ ਕਹੇ ਹੋ ਜਮ ਕੰਕਰ ਮਾਰ ਵਧਾਰੇ। ਪੁੱਤਰ ਦੇ ਕਾਰਨ ਡਰਦਾ, ਨਾਮ ਨਹੀਂ ਸੀ ਲੈਂਦਾ, ਰੱਬ ਦਾ ਜਮ ਉਚਾਰ ਨਹੀਂ ਸੀ ਦਿੰਦੇ। ਉਸ ਵੇਲੇ ਪੁੱਤਰ ਦੇ ਕਾਰਨ ਨੂੰ ਲੈ ਕੇ ਅਜਾਮਲ ਪ੍ਰੀਤ ਪੁੱਤਰ ਪਰ ਯਕੀਨੀ ਕਰ ਨਾਰਾਇਣ ਬੁਲਾਰੇ, ਸੋ ਮੇਰੇ ਠਾਕਰ ਕੇ ਮਨ ਭਾਏ ਭਾਵ ਨਹੀਂ ਜਮ ਕੰਕਰ ਮਾਰ ਵਧਾਰੇ। ਉਸ ਵੇਲੇ ਜਦੋਂ ਸ਼ਹਿ ਕੇ ਮੇਰੇ ਪੁੱਤਰ ਨਾਰਾਇਣ ਨੂੰ ਲਿਆਓ, ਇਹ ਕਹਿਣ ਤੋਂ ਅੰਤਰਜਾਮੀ ਮਹਾਰਾਜ ਜਾਣਦੇ ਸੀ ਕਿ ਇਹ ਪੁੱਤਰ ਦੇ ਬਹਾਨੇ ਸਾਨੂੰ ਚੇਤੇ ਕਰਦਾ। ਉਸ ਅੰਤਰਜਾਮੀ ਨੇ ਆਪਦਾ ਬਿਰਧ ਜਾਣ ਕੇ ਉਸ ਵੇਲੇ ਜਿਹੜੇ ਜਮਗਣ ਸੀ ਉਹ ਰਾਮਗਣਾਂ ਨੂੰ ਮਾਰ ਕੇ ਪਾਸੇ ਕਰ ਦਿੱਤੇ, ਕਿਹਾ ਕਿ ਇਹਦੇ ਮੂੰਹੋਂ ਨਾਮ ਨਿਕਲਿਆ ਹੈ, ਇਸ ਕਰਕੇ ਇਹ ਬੈਕੁੰਠ ਵਿੱਚ ਜਾ ਸਕੇਗਾ। ਇਉਂ ਸਾਧ ਸਿੰਘ ਜੀ ਅਜਾਮਲ ਦਾ ਉਧਾਰ ਹੋਇਆ ਸੀ। ਮਹਾਰਾਜ ਦਾ ਇਹੋ ਜਿਹਾ ਨਾਮ ਪਾਪੀਆਂ ਨੂੰ ਉਧਾਰ ਕਰਨ ਵਾਲਾ ਹੈ।